ਉਹ ਵੀਰ ਕਿੱਧਰ? ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਇਸ ਖਤਰਨਾਕ ਵਾਇਰਸ ਨੂੰ ਰੋਕਣ ਦੇ ਲਈ ਸਖਤੀ ਨਾਲ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ, ਉੱਥੇ ਹੀ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਕੁਝ ਵਿਗੜੇ ਨੌਜਵਾਨ ਦੁੱਖ ਦੀ ਘੜੀ ਨੂੰ ਮਜ਼ਾਕ ਸਮਝ ਬੈਠੇ ਨੇ। ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵਾਰ ਵਾਰ ਲੋਕਾਂ ਨੂੰ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ, ਪਰ ਕੁਝ ਵਿਗੜੀ ਮੰਡੀਰ ਦੇ ਸਿਰ ਦੇ ਉੱਤੇ ਸ਼ਾਇਦ ਇਹਨਾਂ ਅਨਾਊਂਸਮੈਂਟਾਂ ਦਾ ਕੋਈ ਅਸਰ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਾਸ਼ ਖੇਡਦੀਆਂ ਟੋਲੀਆਂ ਦੇ ਉੱਤੇ ਰੇਡ ਪਾ ਦਿੱਤੀ ਅਤੇ ਇਹਨਾਂ ਟੋਲੀਆਂ ਨੂੰ ਫਿਰ ਭੱਜਣ ਦਾ ਵੀ ਮੌਕਾ ਨਾ ਮਿਲਿਆ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਨੌਜਵਾਨ ਡੰਡਿਆਂ ਦੇ ਡਰ ਤੋਂ ਕੰਧਾਂ ਟੱਪ ਟੱਪ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਪੁਲਿਸ ਨੇ ਇਹਨਾਂ ਨੂੰ ਜਾਣ ਨਹੀਂ ਦਿੱਤਾ। ਗੁਰਦਾਸਪੁਰ ਤੋਂ ਇਕਬਾਲ ਵਾਲੀਆ ਦੀ ਰਿਪੋਰਟ।